तुसी देख रहे हो छनकाटा टीवी न्यूज। बजट दे झूठ दे पलंदे दे उपर स्पीकर साहब दे ट्रेजरी बेंचेस दे विधायक छोले खाना शुरू कर रहे सीगे। उस समय असीं एक मुद्दा चुके कि पंजाब सरकार ने एक बिल कल टेबल किया सीगा तां पंजाब इंफ्रास्ट्रक्चर डिवेलपमेंट अमेंडमेंट बिल 2020 कल बड़ी शरारत दे नाल मनप्रीत बादल जी ने इहनूं वापस लै लिया ते अज इहनूं बिजनेस दे विच लाया अखीरले नंबर दे उपर सब तों एंड दे विच। इस बिल दे विच की है कि पंजाब सरकार एक स्पेशल सेस लाउण जा रही है इंफ्रास्ट्रक्चर डिवेलपमेंट सेस पेट्रोल दे उपर डीजल दे उपर पेट्रोल डीजल ते सारिया अचल प्रॉपर्टियां दे उपर चाहे किसी का घर है दुकान है मकान है बिल्डिंग है जो भी चल प्रॉपर्टियां पंजाब दे विच एक नवा टैक्स पंजाब सरकार लाउण जा रही है पंजाब दे लोकां दे उपर ते 216 करोड़ रुपए उहदे नाल इकट्ठा करके लोगों के उपर बोझ पाउण जा रही है। मैं समझता अजिही दोगली सरकार अजिही लोक मारू सरकार कि जब पेट्रोल ऑलरेडी 100 रुपए तो उपर टप चुके है ते 1 तरीक नूं इन्हां दे कांग्रेस पार्टी दे प्रधान सुनील जाखड़ जी ने सारी सारी कैबिनेट सारे कांग्रेस दे वजीर ते MLA उरे ड्रामेबाजी करदे ने केंद्र दे खिलाफ। केंद्र जो रेट वधा रहे टैक्स वधा रहे ओह भी गलत है पर इत्थे जो आप वधा रहे ने ओह देख लो लुट है जिहड़ी ओह पंजाब दे नाल इह कर रहे ने बहुत वड्डा धोखा जिहड़ा ओह कर रहे ने। अज असी जदों तक इह बिल वापस नहीं लिया जांदा हैगा आम आदमी पार्टी नूं लोकां दी लुट कतई मंजूर नहीं हैगी। असी हुण भी प्रोटेस्ट करके आया ते इस तों बाद चाहे FM चाहे CM जिहड़ा भी बोलेगा जदों तक इह काला बिल है जिहड़ा लैके आ रहे ने जदों तक इह वापस नहीं लिया जाएगा आम आदमी पार्टी का संघर्ष है जिहड़ा ਉਹ ਸੈਸ਼ਨ ਦੇ ਅੰਦਰ ਚੱਲਦਾ ਰਹੇਗਾ। ਹੁਣ ਪਾਲ ਜੀ ਮੈਂ ਤੁਹਾਨੂੰ ਐਕਸਪਲੇਨ ਕਰਾਂਗੇ ਜਿਵੇਂ ਸਰ ਸੈਂਟਰ ਚ ਆ ਜਾਓ। ਦੇਖੋ ਇੱਕ ਵਾਰ ਇੱਕ ਪਾਸੇ ਤਾਂ ਜਿਹੜਾ ਹੈਗਾ ਕਾਂਗਰਸ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਅਮਨ ਜੀ ਨੇ ਕਿਹਾ ਸੁਨੀਲ ਜਾਖੜ ਜੀ ਸਾਰੇ MLA ਸਾਰੇ ਮੰਤਰੀਆਂ ਨੂੰ ਲੈ ਕੇ 1 ਮਾਰਚ ਨੂੰ ਜਦੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸਟਾਰਟ ਹੋਇਆ ਸੀਗਾ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਦਾ ਘਰ ਦਾ ਘਰਾਓ ਕੀਤਾ ਸੀ। ਕੀ ਘਰਾਓ ਕੀਤਾ ਸੀਗਾ ਕਿ ਦੇਸ਼ ਦੇ ਵਿੱਚ ਪੰਜਾਬ ਵਿੱਚ ਡੀਜ਼ਲ ਦੀਆਂ ਕੀਮਤਾਂ ਪੈਟਰੋਲ ਦੀਆਂ ਕੀਮਤਾਂ ਰਸੋਈ ਗੈਸ ਦੀਆਂ ਕੀਮਤਾਂ ਅਸਮਾਨੀ ਛੂ ਗਈਆਂ ਨੇ ਵਾਪਸ ਲਈਆਂ ਚਾਹੀਦੀਆਂ ਨੇਗੀਆਂ। ਔਰ ਦੂਜੇ ਪਾਸੇ ਆਹ ਜਿਹੜਾ ਹੈਗਾ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਅਮੈਂਡਮੈਂਟ ਬਿੱਲ ਜਿਹੜਾ 2021 ਲੈ ਕੇ ਆਉਂਦਾ ਗਾ ਇਹ ਕੱਲ੍ਹ ਲੈ ਕੇ ਆਏ ਸੀਗੇ ਕੱਲ੍ਹ ਚਲਾਕੀ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਨੇ ਵਾਪਸ ਲੈ ਲਿਆ ਕਿਉਂਕਿ ਉਸ ਸਮਾਂ ਰਹਿੰਦਾ ਸੀਗਾ ਕਿ ਅਸੀਂ ਬੋਲ ਨਾ ਸਕੀਏ। ਅੱਜ ਇਹੀ ਬਿੱਲ ਪਹਿਲਾਂ ਲੈ ਕੇ ਆਉਣ ਦੀ ਜਗ੍ਹਾ ਤੇ 11ਵੇਂ ਨੰਬਰ ਤੇ ਲਾਸਟ ਨੰਬਰ ਤੇ ਤਾਂ ਲਾਇਆ ਕਿ ਉਸਦੇ ਬੋਲਣ ਦਾ ਮੌਕਾ ਨਾ ਮਿਲੇ 5 ਮਿੰਟ ਸਾਰੇ ਵਾਪਸ ਚਲੇ ਜਾਣ ਔਰ ਸਰਕਾਰ ਦਾ ਜਿਹੜਾ ਹੈਗਾ ਰਾਜ ਉਘਾੜਿਆ ਨਾ ਜਾ ਸਕੇ। ਅਸੀਂ ਇਹ ਚੀਜ਼ ਉਘਾੜਨ ਦੇ ਲਈ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਸੀ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਹ ਬਿੱਲ ਜਿਹੜਾ ਹੈਗਾ ਇਹ ਬਿੱਲ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਇਹ ਬਿੱਲ ਪਹਿਲਾਂ ਲਾਓ ਅਸੀਂ ਤੇ ਡਿਬੇਟ ਚਾਹੁੰਦੇ ਹਾਂ। ਸਪੀਕਰ ਸਾਹਿਬ ਕਹਿੰਦਾ ਨਹੀਂ ਮੈਂ ਅੰਤ ਚਲਾਉਂਗਾ ਚਾਹੇ 2 ਘੰਟੇ ਬੋਲ ਲਿਓ। ਅੰਤ ਦਾ ਮਤਲਬ ਕੀ ਆ ਜੇ ਤੁਸੀਂ 5 ਵਜੇ ਲਾਓਗੇ ਤੁਸੀਂ ਉੱਠ ਕੇ ਭੱਜੋਗੇ ਅਸੀਂ ਤੁਹਾਨੂੰ ਕੀ ਫੜ ਲਵਾਂਗੇ। ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਮਾਨਯੋਗ ਸਪੀਕਰ ਸਾਹਿਬ ਨੇ ਅੱਜ ਕਾਂਗਰਸ ਪਾਰਟੀ ਨੂੰ ਬਚਾ ਰਹੇ ਨੇ ਕੈਪਟਨ ਸਾਹਿਬ ਦੀ ਸਰਕਾਰ ਨੂੰ ਬਚਾ ਰਹੇ ਨੇ। ਅੱਜ ਪੰਜਾਬ ਦੇ ਲੋਕਾਂ ਤੇ 216 ਕਰੋੜ ਰੁਪਏ ਦਾ ਹੋਰ ਟੈਕਸ ਲੱਗ ਗਿਆ ਪਰ ਹਰੇਕ ਸਾਲ 216 ਕਰੋੜ ਰੁਪਏ ਜਿਹੜੇ ਹੈਗੇ ਨੇ ਲੋਕਾਂ ਦੀ ਜੇਬ ਤੋਂ ਆਮ ਲੋਕਾਂ ਦੇ ਘਰਾਂ ਚ ਵਸੂਲੇ ਜਾਣਗੇ। ਦੂਜੇ ਪਾਸੇ ਸਰਕਾਰ ਕਹਿੰਦੀ ਆ ਕਿ ਅਸੀਂ 250 ਕਰੋੜ ਰੁਪਏ ਜਿਹੜਾ ਉਹ ਸਗਨ ਸਕੀਮ ਤੇ ਰੱਖਤਾ 250 ਕਰੋੜ ਰੁਪਏ ਸਗਨ ਸਕੀਮ ਤੇ ਰੱਖਤਾ 216 ਕਰੋੜ ਰੁਪਏ ਲੋਕਾਂ ਦੀ ਜੇਬ ਚ ਲੈ ਲਿਆ। ਕੀ ਮਿਲਿਆ ਪੰਜਾਬ ਦੇ ਲੋਕਾਂ ਨੂੰ? ਇਹ ਪੰਜਾਬ ਦੇ ਲੋਕਾਂ ਨੂੰ ਸਰਾਸਰ ਦਿਨ ਜਿਹੜੀ ਆ ਦਿਨ ਦਿਹਾੜੀ ਠੱਗੀ ਸਰਕਾਰ ਮਾਰ ਰਹੀ ਆ। ਸੋ ਇਹਦੇ ਲਈ ਅਸੀਂ ਅੱਜ ਵਾਕਆਊਟ ਕਰਕੇ ਆਏਗੇ। ਇਹ ਪੰਜਾਬ ਦੇ ਜਿਹੜੇ ਇਮਾਨਦਾਰ ਲੋਕ ਨੇ ਪੰਜਾਬ ਦੇ ਜਿਹੜੇ ਸਿਰਦ ਲੋਕ ਨੇ ਟੈਕਸ ਪੇਅਰ ਲੋਕ ਨੇ ਉਹਨਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ। ਠੀਕ ਹੈ।